ਸ਼੍ਰੀਕਾਲ ਜੀ ਦੇਸੀ ਜਾਣ ਤੇ ਮੈਂ ਤੁਹਾਡੀ ਹੋਸਟ ਦੋਸਤ ਗਾਇਨ ਮਹਾਜਨ ਤੁਹਾਡਾ ਸਵਾਗਤ ਕਰਦੀ ਹਾਂ ਤੇ ਫਰਾਈਡੇ ਫਿਲਮ ਰਿਲੀਜ਼ ਹੁੰਦੀ ਹੈ ਤੇ ਇਸ ਹਫਤੇ ਤੁਹਾਡੇ ਲਈ ਫਿਲਮ ਹੈਗੀ ਹੈ ਜੀ ਮੁੰਡਾ ਹੀ ਚਾਹੀਦਾ ਤੇ ਮੁੰਡਾ ਹੀ ਚਾਹੀਦਾ ਕਿਉਂ ਚਾਹੀਦਾ ਹੈਗਾ ਹੈ ਤੁਹਾਨੂੰ ਦੱਸਣਗੇ ਜੀ ਧਰਮਿੰਦਰ ਤੇ ਰਾਣੋ ਧਰਮਿੰਦਰ ਤੇ ਰਾਣੋ ਮਤਲਬ ਹਰੀਸ਼ ਵਰਮਾ ਤੇ ਰੁਬੀਨਾ ਬਾਜਵਾ ਜੇ ਹਰੀਸ਼ ਦੇ ਕਿਰਦਾਰ ਦੀ ਗੱਲ ਕਰੀਏ ਧਰਮਿੰਦਰ ਦੀ ਤਾਂ ਤੁਹਾਨੂੰ ਧਰਮਿੰਦਰ ਨਾਲ ਸਟਾਰਟਿੰਗ 'ਚ ਸਾਰੀਆਂ ਕੁੜੀਆਂ ਤੋਂ ਆਪਣੀ ਭੈਣਾਂ ਤੋਂ ਆਪਣੀ ਦੋਵਾਂ ਧੀਆਂ ਤੋਂ ਖੱਪੇ ਹੀ ਨਜ਼ਰ ਆਊਗਾ ਅਤੇ ਸਾਰਿਆਂ ਨੂੰ ਟੁੱਟ ਟੁੱਟ ਪੈਂਦਾ ਨਜ਼ਰ ਆਊਗਾ ਅਤੇ ਵਿੱਚ ਜਦੋਂ ਉਹਨਾਂ ਨੂੰ ਪਤਾ ਚੱਲਦਾ ਕਿ ਉਹਨਾਂ ਦੀ ਵਾਈਫ ਰਾਣੋ ਯਾਨੀ ਕਿ ਰੁਬੀਨਾ ਬਾਜਵਾ ਦੁਬਾਰਾ ਤੋਂ ਪ੍ਰੈਗਨੈਂਟ ਹੈ ਅਤੇ ਇੱਕ ਬਾਬੇ ਦੇ ਕਹਿਣ 'ਤੇ ਉਹ ਇੰਨਾ ਪੋਲਾਈਟ ਹੋ ਜਾਂਦੇ ਨੇ ਅਤੇ ਉਹ ਸਾਰੇ ਪ੍ਰੈਗਨੈਂਟ ਲੁੱਕ ਅਡੈਪਟ ਕਰਦੇ ਨੇ ਪਹਿਲੇ ਤਾਂ ਸਾਨੂੰ ਕਿਤੇ ਲੱਗਦਾ ਸੀਗਾ ਕਿ ਜਿਵੇਂ ਟ੍ਰੇਲਰ ਦੇ ਵਿੱਚ ਦਿਖਾਇਆ ਸੀਗਾ ਕਿ ਟੈਸਟ ਟਿਊਬ ਬੇਬੀ ਇੰਪਲਾਂਟੇਸ਼ਨ ਹੈ ਪਰ ਟੈਸਟ ਟਿਊਬ ਬੇਬੀ ਕੁਛ ਨਹੀਂ ਹੈ ਸਿਰਫ ਬਾਬੇ ਨੇ ਕੁਛ ਕਿਹਾ ਸੀਗਾ ਉਹਦੇ ਚੱਕਰ 'ਚ ਨਾ ਹਰੀਸ਼ ਨਾ ਪ੍ਰੈਗਨੈਂਟ ਲੁੱਕ 'ਤੇ ਸੀਗੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਦਿਮਾਗ 'ਚ ਮੁੰਡਾ ਪਾਉਣ ਦੀ ਚਾਹਤ ਇੰਨੀ ਵੱਧ ਜਾਂਦੀ ਹੈ ਕਿ ਉਹ ਆਪਣੀ ਕੁੜੀਆਂ ਨਾਲ ਮਿਸਬਿਹੇਵ ਕਰਦੇ ਨੇ ਉਹਨਾਂ ਨੂੰ ਧੱਕਾ ਮਾਰਦੇ ਨੇ ਅਤੇ ਐਂਡ 'ਚ ਰਾਣੋ ਡਿੱਗ ਜਾਂਦੀ ਨੇ ਅਤੇ ਕੀ ਹੁੰਦਾ ਉਹਨਾਂ ਘਰ ਇਹ ਮੈਂ ਤੁਹਾਨੂੰ ਦੱਸਾਂਗੀ ਅਤੇ ਰੁਬੀਨਾ ਦੇ ਕਿਰਦਾਰ ਦੀ ਗੱਲ ਕਰੀਏ ਰਾਣੋ ਦੀ ਅਤੇ ਰਾਣੋ ਆਪਣੇ ਕਿਰਦਾਰ ਦੇ ਵਿੱਚ ਪੂਰੀ ਢਲੀ ਨਜ਼ਰ ਆਈ ਜਿਵੇਂ ਸਾਡੀ ਫੈਮਿਲੀ ਦੇ ਵਿੱਚ ਫੀਮੇਲਸ ਹੁੰਦੀਆਂ ਨੇ ਸੋਬਰ ਸਿੰਪਲ ਸਿੰਪਲ ਜੇ ਸੂਟ ਵਿਦਆਊਟ ਮੇਕਅਪ ਲਾਈਟ ਮੇਕਅਪ ਇੱਦਾਂ ਦਾ ਕਿਰਦਾਰ ਹੀ ਰਾਣੋ ਯਾਨੀ ਕਿ ਰੁਬੀਨਾ ਬਾਜਵਾ ਨੇ ਕੀਤਾ ਹੈਗਾ ਹੈ ਅਤੇ ਬਹੁਤ ਸੋਹਣੀ ਉਹ ਲੱਗ ਰਹੇ ਨੇ ਫਿਲਮ ਦੇ ਵਿੱਚ ਅਤੇ ਉਹਨਾਂ ਨੇ ਐਕਟਿੰਗ ਵੀ ਬਾ ਕਮਾਲ ਕੀਤੀ ਹੈ ਅਤੇ ਖਾਸ ਕਰ ਜਿਹੜੀ ਹੈਗੀ ਹੈ ਕਿ ਹਰੀਸ਼ ਵਰਮਾ ਅਤੇ ਰੁਬੀਨਾ ਬਾਜਵਾ ਇੱਕ ਦੂਜੇ ਨਾਲ ਪੂਰਾ ਜੱਚਦੇ ਵੀ ਨੇ ਹਰੀਸ਼ ਦੇ ਆਪਣੇ ਕਿਰਦਾਰ ਦੇ ਨਾਲ ਜਿਵੇਂ ਪੂਰਾ ਗਹਿਰਾਈ ਦੇ ਵਿੱਚ ਜਾ ਕੇ ਉਹਨੂੰ ਅਡਾਪਟ ਕੀਤਾ ਹੈ ਉੱਦਾਂ ਹੀ ਦੂਸਰੇ ਪਾਸੇ ਰੁਬੀਨਾ ਨੇ ਵੀ ਆਪਣੇ ਕਿਰਦਾਰ ਨੂੰ ਪੂਰਾ ਆਪਣੇ ਵਿੱਚ ਢਾਲ ਲਿਆ ਹੈਗਾ ਆ ਜੇ ਫਿਲਮ ਦੇ ਮਿਊਜ਼ਿਕ ਦੀ ਗੱਲ ਕਰੀਏ ਮਿਊਜ਼ਿਕ ਵਿੱਚ ਕਮਲ ਖਾਨ ਦੀ ਆਵਾਜ਼ ਦੇ ਵਿੱਚ ਤੁਹਾਨੂੰ ਗਾਣਾ ਸੁਣਨ ਨੂੰ ਮਿਲੇਗਾ ਰੋਸ਼ਨ ਪ੍ਰਿੰਸ ਦੀ ਆਵਾਜ਼ ਵਿੱਚ ਸੁਣੂਗਾ ਜੋਰਡਨ ਸੰਧੂ ਸਾਰੇ ਗਾਣੇ ਨਾ ਪਰਫੈਕਟ ਨੇ ਸਿਚੁਏਸ਼ਨ ਦੇ ਅਕੋਰਡਿੰਗਲੀ ਟਲਦੇ ਵੀ ਨੇ ਸਿਚੁਏਸ਼ਨ ਦੇ ਅਕੋਰਡਿੰਗਲੀ ਉਹ ਜਿੱਦਾਂ ਡਿਜ਼ਰਵ ਕਰਦਾ ਸੀਗਾ ਸੀਨ ਉੱਦਾਂ ਹੀ ਗਾਣੇ ਵੀ ਫਿਲਮ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਜੇ ਸਪੋਰਟਿੰਗ ਆਰਟਿਸਟ ਦੀ ਗੱਲ ਕਰੀਏ ਤਾਂ ਹਨੀ ਨੇ ਬਹੁਤ ਸੋਹਣਾ ਕਿਰਦਾਰ ਨਿਭਾਇਆ ਹੈਗਾ ਅਤੇ ਜਿਹੜਾ ਪੋਪੀ ਦਾ ਕਿਰਦਾਰ ਹੈ ਨਾ ਉਹ ਵੀ ਬੜਾ ਬੜਾ ਅਟਰੈਕਟ ਕਰੂਗਾ ਤੁਹਾਨੂੰ ਫਿਲਮ ਦੇ ਵਿੱਚ ਉਸ ਤੋਂ ਬਾਅਦ ਡਾਇਰੈਕਸ਼ਨ ਦੀ ਗੱਲ ਕਰੀਏ ਤਾਂ ਡਾਇਰੈਕਸ਼ਨ ਹੈਗੀ ਹੈ ਜੀ ਸੰਤੋਸ਼ ਸੁਭਾਸ਼ ਥੇਟੇ ਦੀ ਜਿਨ੍ਹਾਂ ਨੇ ਬਾ ਕਮਾਲ ਫਿਲਮ ਡਾਇਰੈਕਟ ਕੀਤੀ ਹੈਗੀ ਹੈ ਅਤੇ ਕਰੈਕਟਰ ਦੀ ਕੀ ਮੰਗ ਹੈ ਉਹਨਾਂ ਨੇ ਬਾ ਕਮਾਲ ਦੱਸਿਆ ਵੀ ਹੈਗਾ ਬਖੂਬੀ ਦੱਸਿਆ ਹੈਗਾ ਕਿ ਕਰੈਕਟਰ ਦੀ ਕੀ ਮੰਗ ਹੈ ਅਤੇ ਉਹਨੂੰ ਨਿਭਾਇਆ ਵੀ ਹੈਗਾ ਅਕਸਰ ਅਸੀਂ ਪੰਜਾਬੀ ਫਿਲਮਸ ਦੇਖਦੇ ਹੈਗੇ ਹਾਂ ਜਿਹਦੇ ਵਿੱਚ ਤੁਹਾਨੂੰ ਨਾ ਮੇਲਸ ਜ਼ਿਆਦਾ ਨਜ਼ਰ ਆਉਣਗੇ ਅਤੇ ਫੀਮੇਲਸ ਘੱਟ ਨਜ਼ਰ ਆਉਣਗੇ ਬਟ ਇਸ ਪੰਜਾਬੀ ਫਿਲਮ ਦੇ ਵਿੱਚ ਮੁੰਡਾ ਹੀ ਚਾਹੀਦਾ ਦੇ ਵਿੱਚ ਤੁਹਾਨੂੰ ਮੇਲਸ ਘੱਟ ਅਤੇ ਫੀਮੇਲਸ ਜ਼ਿਆਦਾ ਨਜ਼ਰ ਆਉਣਗੇ ਅਤੇ ਸਾਰਿਆਂ ਦਾ ਕਿਰਦਾਰ ਜਿੰਨਾ ਜਿੰਨਾ ਉਹਨਾਂ ਨੂੰ ਡਿਲੀਵਰ ਕਰਨ ਨੂੰ ਕਿਹਾ ਗਿਆ ਹੈਗਾ ਉਹਨਾਂ ਨੇ ਬਾਖੂਬੀ ਡਿਲੀਵਰ ਵੀ ਕੀਤਾ ਹੈਗਾ ਮੁੰਡਾ ਹੀ ਚਾਹੀਦਾ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਜੀ ਨੀਰੂ ਬਾਜਵਾ ਐਂਟਰਟੇਨਮੈਂਟ ਨੇ ਯਾਨੀ ਕਿ ਰੁਬੀਨਾ ਬਾਜਵਾ ਦੀ ਸਿਸਟਰ ਨੀਰੂ ਬਾਜਵਾ ਨੇ ਅਤੇ ਨੀਰੂ ਬਾਜਵਾ ਜੀ ਦਾ ਹੀ ਇਹ ਕੰਸੈਪਟ ਸੀਗਾ ਸੁਭਾਸ਼ ਥੇਟੇ ਦੇ ਨਾਲ ਯਾਨੀ ਕਿ ਡਾਇਰੈਕਟਰ ਹੋਰਾਂ ਦੇ ਨਾਲ ਬਟ ਜੇ ਅਸੀਂ ਗੱਲ ਕਰੀਏ ਡਿਲੀਵਰ ਉਹਨਾਂ ਨੇ ਜੋ ਕਰਨਾ ਚਾਹਿਆ ਸੀਗਾ ਕਿ ਉਹ ਕਰ ਪਏ ਨੇ ਅਤੇ ਤੁਹਾਨੂੰ ਮੈਂ ਦੱਸਦਾ ਕਿ ਜੋ ਨੀਰੂ ਬਾਜਵਾ ਜੀ ਦੀ ਸੋਚ ਸੀਗੀ ਕਿ ਫੀਮੇਲਸ ਨੂੰ ਜਿਹੜਾ ਪ੍ਰਮੋਟ ਕਰਨਾ ਹੈਗਾ ਕਿ ਹਾਂ ਘਰ ਘਰ ਦੇ ਵਿੱਚ ਲੋਕ ਮੁੰਡਾ ਹੀ ਚਾਹੁੰਦੇ ਨੇ ਕੁੜੀਆਂ ਨੂੰ ਨਹੀਂ ਚਾਹੁੰਦੇ ਨੇ ਇਹ ਚੀਜ਼ ਜਿਹੜੀ ਉਹ ਕਨਵੇ ਕਰਨਾ ਚਾਹੁੰਦੇ ਸੀਗੇ ਉਹਨੂੰ ਕਨਵੇਟ ਕਰਨ ਦੇ ਵਿੱਚ ਉਹ ਪੂਰੇ ਸਕਸੈਸਫੁਲ ਹੋਏ ਨੇ ਉਹਨਾਂ ਨੇ ਬਾਕਮਾਲ ਫਿਲਮ ਇੰਡਸਟਰੀ ਨੂੰ ਵੀ ਦਿੱਤੀ ਹੈਗੀ ਹੈ ਅਤੇ ਉਹ ਚੱਲਦੇ ਹਾਂ ਅਤੇ ਜਾਣਦੇ ਹਾਂ ਵਿਊਜ਼ ਨੂੰ ਕਿ ਉਹਨਾਂ ਨੂੰ ਫਿਲਮ ਕਿੱਦਾਂ ਦੀ ਲੱਗ ਰਹੀ ਹੈ ਸਰ ਕਿੱਦਾਂ ਦੀ ਲੱਗੀ ਬਹੁਤ ਵਧੀਆ ਜੀ ਐਂਡ ਜਿਹਦੇ ਅੱਖਾਂ ਭਰ ਰਹੀਆਂ ਹੁਣ ਨਹੀਂ ਬਿਲਕੁਲ ਬਿਲਕੁਲ ਬਹੁਤ ਸੋਹਣਾ ਐਂਡ ਜੀ ਕਿੰਨੇ ਸਟਾਰਸ ਦੋ 4 ਬਹੁਤ ਵਧੀਆ ਫਿਲਮ ਹੈ ਵੇਖਣੀ ਚਾਹੀਦੀ ਹੈ ਸਾਰਿਆਂ ਨੂੰ ਐਟ ਦੀ ਐਂਡ ਆਫ ਦੀ ਲਾਸਟ ਸੀ ਤੁਹਾਡੀ ਵੀ ਅੱਖਾਂ 'ਚ ਪਾਣੀ ਜ਼ਰੂਰ ਆ ਗਿਆ ਬਹੁਤ ਬਹੁਤ ਇਮੋਸ਼ਨਲ 5 ਜੀ ਕਿੰਨੇ ਸਟਾਰਸ 5 ਹਰੀਸ਼ ਵਰਮਾ ਨੇ ਬਹੁਤ ਸੋਹਣਾ ਕੰਮ ਕੀਤਾ ਤੁਹਾਡੇ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਨਿਰਦੇਸ਼ਕ ਨੇ ਵੀ ਲਿਖਣ ਵਾਲੇ ਨੇ ਵੀ ਸਾਰਿਆਂ ਨੇ ਬਹੁਤ ਵਧੀਆ ਕੰਮ ਸਾਰੇ ਐਕਟਰ ਨੇ ਐਕਟਰਸ ਨੇ ਸਾਰਿਆਂ ਨੇ ਵਧੀਆ ਮੂਵੀ ਦੇ ਵਿੱਚ ਕਾਮੇਡੀ ਹੈ ਸੀਰੀਅਸਨੈਸ ਹੈ ਇੱਕ ਸੋਸ਼ਲ ਮੈਸੇਜ ਹੈ ਰੱਬ ਕਰੇ ਬਹੁਤ ਵਧੀਆ ਚੱਲੇ ਮੇਰੀ ਦੁਆਵਾਂ ਪੂਰੀ ਟੀਮ ਨੂੰ ਅਤੇ ਸਟਾਰ ਕਾਸਟ ਨੂੰ ਮੈਮ 4.5 ਵੈਰੀ ਨਾਈਸ ਇਮੋਸ਼ਨਲ ਕਰਦੀ ਹੈ ਦਾ ਮੈਸੇਜ ਇਜ਼ ਆਲਸੋ ਵੈਰੀ ਗੁੱਡ ਨਾ 5 ਇਟ ਵਾਸ ਵੈਰੀ ਨਾਈਸ ਫਿਲਮ ਓਬਵੀਅਸਲੀ ਇਟ ਹੈਜ਼ ਅ ਵੈਰੀ ਗੁੱਡ ਮੈਸੇਜ ਟੂ ਗਿਵ ਐਂਡ ਆਈ ਵੁੱਡ ਗਿਵ 4.5 ਆਊਟ ਆਫ 5 ਬਹੁਤ ਸੋਹਣੀ ਹੈ ਮੋਟੀਵੇਟ ਵੀ ਕਰ ਰਹੀ ਲੋਕਾਂ ਨੂੰ ਬਹੁਤ ਅੱਛੀ 5 ਸੋਹਣੀ ਲੱਗੀ ਜੀ ਅਤੇ ਕੁੜੀਆਂ ਲਈ ਜਲਾਂ ਸਾਰੇ ਹੀ ਕਰਦੇ ਰਹਿੰਦੇ ਨੇ ਉਹ ਹਰੀਸ਼ ਭਾਈ ਨੇ ਬਹੁਤ ਵਧੀਆ ਦਿਖਾਇਆ ਕੁੜੀ ਜੰਮਣ ਤੋਂ ਡਰਨਾ ਨਹੀਂ ਚਾਹੀਦਾ ਅਤੇ ਬੈਸਟ ਆਫ ਲੱਕ ਹਰੀਸ਼ ਭਾਈ ਨੇ ਬਹੁਤ ਵਧੀਆ ਕੰਮ ਕੀਤਾ 5 7 ਵੀ ਹੋ ਸਕਦੇ ਨੇ ਬਹੁਤ ਵਧੀਆ ਕਿੱਦਾਂ ਦੀ ਲੱਗੀ ਬਹੁਤ ਵਧੀਆ ਲੱਗੀ ਜੀ ਬਹੁਤ ਵਧੀਆ ਫਿਲਮ ਫੈਮਿਲੀ ਓਰੀਐਂਟਿਡ ਦੇ ਨਾਲ ਨਾਲ ਫੀਮੇਲ ਓਰੀਐਂਟਿਡ ਵੀ ਸੀਗੀ ਹਾਂਜੀ ਬਹੁਤ ਸੀ ਸਾਨੂੰ ਮਤਲਬ ਬਹੁਤ ਇੱਕ ਚੀਜ਼ ਪਸੰਦ ਆਈ ਕਿ ਬੇਟੀਆਂ ਦਾ ਬੜਾ ਮਾਣ ਸੀ ਕੀਤਾ ਗਿਆ ਇਸ ਫਿਲਮ ਵਿੱਚ ਉਹਦਾ ਥੀਮ ਬੜਾ ਅੱਛਾ ਸੀ ਮੂਵੀ ਦਾ ਇਟਸ ਰੀਅਲੀ ਨਾਈਸ ਮੂਵੀ ਫॉर ਪ੍ਰੋਮੋਟਿੰਗ ਦ ਫੀਮੇਲ 40s ਇਟਸ ਰੀਅਲੀ ਨਾਈਸ ਮੂਵੀ ਥੈਂਕਸ 4
ਬਹੁਤ ਅੱਛੀ ਲੱਗੀ ਬਹੁਤ ਘੈਂਟ ਹੈ ਜੀ ਬਹੁਤ ਘੈਂਟ ਹੈ ਬਹੁਤ ਘੈਂਟ ਵਧੀਆ ਲੱਗੀ ਜੀ ਬਹੁਤ ਵਧੀਆ ਲੱਗੀ ਬਹੁਤ ਵਧੀਆ ਮੂਵੀ ਹੈ ਬਹੁਤ ਵਧੀਆ ਮੇਰੇ ਵਿਊਜ਼ ਨੇ ਤਾਂ ਦੱਸਦਾ ਕਿ ਉਹਨਾਂ ਨੂੰ ਫਿਲਮ ਕਿੱਦਾਂ ਦੀ ਲੱਗ ਰਹੀ ਹੈਗੀ ਅਤੇ ਫਿਲਮ ਨਾ ਲਾਸਟ 'ਚ ਜਾ ਕੇ ਤੁਹਾਨੂੰ ਸਾਰਿਆਂ ਨੂੰ ਰੁਆਊਗੀ ਜ਼ਰੂਰ ਤੁਹਾਡੀ ਅੱਖਾਂ 'ਚ ਪਾਣੀ ਜ਼ਰੂਰ ਲੈ ਕੇ ਆਓਗੇ ਕਿਉਂਕਿ ਜਦੋਂ ਬੀਂਗ ਅ ਫੀਮੇਲ ਮੈਂ ਗੱਲ ਕਹਾਂ ਮੇਰੀਆਂ ਅੱਖਾਂ ਭਰ ਆਈਆਂ ਸੀਗੀਆਂ ਬਟ ਜਿਹੜੇ ਮੇਲ ਇਸ ਫਿਲਮ ਨੂੰ ਨਾਲ ਵਾਚ ਕਰ ਰਹੇ ਸੀਗੇ ਉਹਨਾਂ ਦੀ ਅੱਖਾਂ ਵੀ ਨਮ ਹੋ ਗਈਆਂ ਸੀਗੀਆਂ ਮਤਲਬ ਕਿਤੇ ਨਾ ਕਿਤੇ ਮੇਲ ਵੀ ਇਸ ਫੀਮੇਲ ਜੋ ਮਹਿਸੂਸ ਕਰਦੇ ਨੇ ਉਹ ਮਹਿਸੂਸ ਕਰ ਪਾ ਰਹੇ ਨੇ ਅਤੇ ਹਰੀਸ਼ ਵਰਮਾ ਨੇ ਇਸ ਫਿਲਮ ਦੇ ਵਿੱਚ ਜਿਹੜੀ ਪੈਡਿੰਗ ਕੀਤੀ ਸੀਗੀ ਪ੍ਰੈਗਨੈਂਟ ਲੁੱਕ ਲਿੱਤੀ ਸੀਗੀ ਉਹਨਾਂ ਨੂੰ ਕਿਸੇ ਬਾਬੇ ਨੇ ਕਿਹਾ ਸੀਗਾ ਕਿ ਇੱਦਾਂ ਕਰ ਅਤੇ ਅਹਿਸਾਸ ਕਰ ਕਿ ਜਦੋਂ ਔਰਤ ਪ੍ਰੈਗਨੈਂਟ ਹੁੰਦੀ ਹੈ ਉਹਨੂੰ ਕਿੰਨੀਆਂ ਔਂਕੜਾਂ ਦਾ ਸਾਹਮਣਾ ਕਰਨਾ ਪੈਂਦਾ ਉਹਨੂੰ ਕਿੰਨੀ ਡਿਫੀਕਲਟੀ ਹੁੰਦੀ ਉਹ ਕਿੰਨੀ ਤਕਲੀਫ 'ਚ ਹੁੰਦੀ ਹੈ ਅਤੇ ਹਰੀਸ਼ ਵਰਮਾ ਨੇ ਇਹ ਚੀਜ਼ ਫੀਲ ਕੀਤੀ ਹੈਗੀ ਹੈ ਅਤੇ ਉਹ ਜਿਹੜੇ ਵੀ ਮੇਲਸ ਜਾਣਨਾ ਚਾਹੁੰਦੇ ਨੇ ਨਾ ਕਿ ਔਰਤ ਪ੍ਰੈਗਨੈਂਟ ਹੋ ਕੇ ਕਿੱਦਾਂ ਫੀਲ ਕਰਦੀ ਹੈਗੀ ਉਹ ਹਰੀਸ਼ ਵਰਮਾ ਤੋਂ ਨਾ ਜਾਣ ਜ਼ਰੂਰ ਸਕਦੇ ਨੇ ਕਿਉਂਕਿ ਉਹਨਾਂ ਨੇ ਉਸ ਚੀਜ਼ ਨੂੰ ਐਕਟ ਦੇ ਜ਼ਰੀਏ ਫੀਲ ਕੀਤਾ ਹੈਗਾ ਉਸ ਅਹਿਸਾਸ ਨੂੰ ਅਤੇ ਡਾਇਰੈਕਸ਼ਨ ਐਕਟਿੰਗ ਮਿਊਜ਼ਿਕ ਦੇਖਦੇ ਹੋਇਆ ਮੈਂ ਇਸ ਫਿਲਮ ਨੂੰ ਦੇ ਰਹੀ ਹਾਂ 4 stars ਅੱਜ ਲਈ ਇੰਨਾ ਹੀ ਜਲਦੀ ਹਾਲ ਦੇਵਾਂਗੇ ਨਵੇਂ ਅਪਡੇਟਸ ਨਾਲ ਗਾਇਨ ਮਹਾਜਨ ਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਦੇਸੀ ਜਾਨ ਦੇ ਨਾਲ।